top 10 private bee schools in India. Our focus is on cutting edge domain knowledge and benchmarking with world-class businesses. Big Tech, excellence with values. ਸਾਡੇ ਇੱਕ ਜਿਹੜੇ ਕੋਸਟਾਰ ਆ ਉਹ ਟ੍ਰੈਫਿਕ 'ਚ ਫਸੇ ਆ ਕੁਛ ਪ੍ਰੋਬਲਮ ਸੀ ਟ੍ਰੈਫਿਕ ਨੂੰ ਦੇ ਲਈ ਮਾਫੀ ਚਾਹੁੰਦੇ ਯੈਸ ਅੰਬਰਸਰੀਆ 25 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਔਰ ਇਹ ਥ੍ਰਿਲਰ ਕਾਮੇਡੀ ਫਿਲਮ ਆ ਮੈਂ ਇਹ ਜਾਨਰ ਪਹਿਲੀ ਵਾਰੀ ਟ੍ਰਾਈ ਕੀਤਾ ਥ੍ਰਿਲਰ ਕਾਮੇਡੀ ਔਰ ਟਿਪਸ ਨੇ ਪ੍ਰੋਡਿਊਸ ਕੀਤੀ ਹੈ ਮਨਦੀਪ ਕੁਮਾਰ ਜੀ ਨੇ ਡਾਇਰੈਕਟ ਕੀਤੀ ਹੈ ਉਹਨਾਂ ਨੇ ਪੰਜਾਬੀ ਦੀ ਪਹਿਲੀ ਸੁਪਰ ਫਿਲਮ ਬਣਾਈ ਸੀ ਜਿਹੜੀ ਮੇਰੀ ਫਿਟ ਫਿਲਮ ਸੀ ਜਿਹਨੇ ਮੇਰਾ ਦਿਲ ਰੱਖਿਆ ਸੋ ਦੁਬਾਰਾ ਮੈਨੂੰ ਹੋਰ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਕਾਫੀ ਦੇਰ ਸੋ ਇਹਦੇ 'ਚ ਲੋਰੈਂਸ ਜੀ ਔਰ ਗੁਰੂ ਪ੍ਰਨਾਥ ਮੋਨਿਕਾ ਗਿੱਲ ਹੋਰ ਵੀ ਬਹੁਤ ਵਧੀਆ ਆਰਟਿਸਟ ਨੇ ਫੈਮਿਲੀ ਫਿਲਮ ਆ ਬੱਚਿਆਂ ਲਈ ਫੈਮਿਲੀ ਲਈ ਮੈਂ 5-6 ਦਿਨ ਪਹਿਲੇ ਡਬਿੰਗ ਫਿਨਿਸ਼ ਕੀਤੀ ਹੈ ਮੈਂ ਚਾਹੁੰਦਾ ਕਿ ਜਲਦੀ ਤੋਂ ਜਲਦੀ ਫਿਲਮ ਰਿਲੀਜ਼ ਹੋਵੇ ਓਬਵੀਅਸਲੀ 25ਵੇਂ ਮਹੀਨੇ ਤੋਂ ਪਹਿਲਾਂ ਹੋ ਨਹੀਂ ਸਕਦੀ ਬਟ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਜਲਦੀ ਦੇਖੋ ਇਸ ਫੈਮਿਲੀ ਫਿਲਮ ਬਹੁਤ ਜ਼ਿਆਦਾ ਵਧੀਆ ਫਿਲਮ ਬਣ ਰਹੀ ਹੈ ਹੋਪ ਸੋ ਮਹਾਰਾਜ ਦਾ ਬਾਕੀ ਮਿਊਜ਼ਿਕ ਜਿਤੇਂਦਰ ਸ਼ਾਹ ਜੀ ਦਾ ਟਿਪਸ ਨੇ ਪ੍ਰੋਡਿਊਸ ਕੀਤੀ ਹੈ ਗਿਆ ਸੀ ਉੱਥੇ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਦਿੱਲੀ ਦੇ ਬਸ਼ਿੰਦੇ ਇੱਦਾਂ ਦੇ ਜਿਹੜੇ ਅੰਮ੍ਰਿਤਸਰ ਨਹੀਂ ਗਏ ਸਨ ਅਤੇ ਪਹਿਲਾਂ ਤਾਂ ਜਾਣਾ ਚਾਹੀਦਾ ਦਰਬਾਰ ਸਾਹਿਬ ਮੱਥਾ ਟੇਕਣਾ ਚਾਹੀਦਾ ਜੋ ਹੋਲੀ ਸਪੇਸ ਹੈ ਸਾਰੇ ਨੂੰ ਜਾ ਕੇ ਮੱਥਾ ਟੇਕਣਾ ਚਾਹੀਦਾ ਇੱਕ ਵਾਰ ਤਾਂ ਲਾਈਫ 'ਚ ਜ਼ਰੂਰ ਜਾਣ ਸਾਰੇ ਬਟ ਜਿਹੜੇ ਹਾਲੇ ਛੇਤੀ ਨਹੀਂ ਜਾ ਸਕਦੇ ਉਹ ਥੀਏਟਰ 'ਚ ਜਾ ਕੇ 25 ਨੂੰ ਸਾਡੀ ਫਿਲਮ ਦੇਖਣ ਹਾਂ ਬਿਲਕੁਲ ਅਸੀਂ 50 ਦਿਨ ਉੱਥੇ ਸੀ ਸੋ ਅੰਮ੍ਰਿਤਸਰ ਦੇ ਦਰਸ਼ਨ ਹੋ ਸਕਦੇ ਪ੍ਰੋਪਰ ਤਰੀਕੇ ਨਾਲ ਖੈਰ ਅਸੀਂ ਦਰਬਾਰ ਸਾਹਿਬ ਜਾ ਕੇ ਤਾਂ ਜ਼ਿਆਦਾ ਸ਼ੂਟ ਨਹੀਂ ਕਰ ਸਕੇ ਪਰ ਤੁਸੀਂ ਅੰਮ੍ਰਿਤਸਰ ਦੇਖ ਸਕੋਗੇ ਅੰਮ੍ਰਿਤਸਰ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਮਸ਼ਹੂਰ ਨੇ ਸੋ ਅਸੀਂ 50 ਦਿਨ ਉੱਥੇ ਸੀ ਉਹ ਵੀ ਸ਼ੂਟ ਕੀਤਾ ਸੋ ਜਿਹਨਾਂ ਨੇ ਅੰਮ੍ਰਿਤਸਰ ਨਹੀਂ ਦੇਖਿਆ ਉਹ ਜਾ ਕੇ ਸਾਡੀ ਫਿਲਮ ਦੇਖੋ ਬੱਚੇ ਨੂੰ ਫਿਲਮ ਵੀ ਬਣੀ ਗਿਆ ਇੰਸ਼ੋਰੈਂਸ ਏਜੰਟ ਦਾ ਮੈਂ ਰੋਲ ਨਿਭਾਇਆ ਖਾਲੀ ਸੀ ਪ੍ਰਮੋਸ਼ਨ ਸਟਾਰਟ ਕੀਤੀ ਹੈ ਔਰ ਖਾਲੀ ਮੈਨੂੰ 5-7 ਜਗ੍ਹਾ ਨੇ ਕਿਹਾ ਵੀ ਸਾਨੂੰ ਇੰਸ਼ੋਰੈਂਸ ਏਜੰਟ ਪਸੰਦ ਨਹੀਂ ਬਟ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਵੀ ਤੁਸੀਂ ਫਿਲਮ ਦੇਖੋ ਇੱਕ ਵਾਰੀ ਅਤੇ ਪਰ ਫਿਰ ਤੁਹਾਨੂੰ ਇੰਸ਼ੋਰੈਂਸ ਏਜੰਟ ਨਾਲ ਪਿਆਰ ਹੋ ਜਾਏਗਾ ਸਰ ਖਾਣ ਦੇ ਲਈ ਵੀ ਬਹੁਤ ਮਸ਼ਹੂਰ ਹੈ ਚੀਜ਼ਾਂ ਵੀ ਬੜੀਆਂ ਸਵਾਦ ਆ ਉੱਥੇ ਖਾਣੀ ਬਟ ਮੇਰੀ ਉਦੋਂ ਡਾਇਟ ਚੱਲਦੀ ਸੀ ਮੈਂ ਖਾ ਨਹੀਂ ਸਕਿਆ ਹੁਣ ਮੈਂ ਪ੍ਰਮੋਸ਼ਨ ਦੇ ਟਾਈਮ 'ਤੇ ਜਾਣਾ ਮੈਂ ਖਾਣ ਨੂੰ ਬਟ ਸਾਡੇ ਜਿਹੜਾ ਬਾਕੀ ਸਾਰਾ ਕੂ ਸੀ ਉਹ ਬਹੁਤ ਇੰਜੋਏ ਕਰਦਾ ਸੀ ਖਾਂਦਾ ਸੀ ਸਾਰਾ ਸੋ ਬੜਾ ਚੰਗਾ ਲੱਗਦਾ ਸੀ ਜਦੋਂ ਤੁਸੀਂ ਖਾ ਨਹੀਂ ਸਕਦੇ ਜਦੋਂ ਖਾਣੇ ਨੂੰ ਦੇਖਦੇ ਉਦੋਂ ਹੀ ਖੁਸ਼ੀ ਹੁੰਦੀ ਸੋ ਇਹ ਮੈਨੂੰ ਯਾਦ ਹੈ